ਤਾਂ ਦੱਸਦੀ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਤੇਂਦੂਆ ਵੇਖਿਆ ਗਿਆ ਤਾਂ ਸੜਕ 'ਤੇ ਇਸਦੇ ਵੱਲੋਂ ਕੁੱਤੇ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ ਤਾਂ ਮੌਕੇ 'ਤੇ ਇੱਕ ਗੱਡੀ ਚਾਲਕ ਆਉਂਦਾ ਹੈ ਜੋ ਕਿ ਇਸ ਕੁੱਤੇ ਦੀ ਜਾਨ ਬਚਾਉਂਦਾ ਤਾਂ ਕੈਮਰੇ ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਕੈਦ ਹੋ ਜਾਂਦਾ ਤਾਂ ਦੱਸਦੀਏ ਕਿ ਰਾਤ ਕਰੀਬ 12:30 ਦੀ ਇਹ ਘਟਨਾ ਜਦੋਂ ਇੱਕ ਤੇਂਦੂਆ ਰਾਤ ਸੜਕਾਂ 'ਤੇ ਆਉਂਦਾ ਅਤੇ ਇੱਕ ਕੁੱਤੇ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੌਕੇ 'ਤੇ ਇੱਕ ਗੱਡੀ ਚਾਲਕ ਦੇ ਵੱਲੋਂ ਇਸ ਤੇਂਦੂਏ ਨੂੰ ਮੌਕੇ ਤੋਂ ਭਜਾ ਦਿੱਤਾ ਜਾਂਦਾ ਜਿਸ ਕਰਕੇ ਇਸ ਕੁੱਤੇ ਦੀ ਜਾਨ ਬਚ ਜਾਂਦੀ ਹੈ ਤਾਂ ਹੁਣ ਪੂਰੇ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਵੀ ਪਿੰਜਰੇ ਲਗਾਏ ਗਏ ਸੀ ਪਰ ਹੁਣ ਕਈ ਹੋਰ ਪਿੰਜਰੇ ਵੀ ਮੰਗਾ ਲਏ ਗਏ ਨੇ ਅਤੇ ਜਗ੍ਹਾ ਜਗ੍ਹਾ 'ਤੇ ਇਸ ਜਾਨਵਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਤਸਵੀਰਾਂ ਨੰਗਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੂਰੇ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਰਿਹਾਇਸ਼ੀ ਇਲਾਕਾ ਹੈ ਜਿੱਥੇ ਲੋਕ ਰਹਿੰਦੇ ਨੇ ਤਾਂ ਇਸ ਦੇ ਵਿੱਚ ਇੱਕ ਆਦਮਖੋਰ ਤੇਂਦੂਆ ਵੜ ਗਿਆ ਜਿਸਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਲੋਕ ਕਾਫੀ ਦਹਿਸ਼ਤ ਦੇ ਵਿੱਚ ਨੇ ਤਾਂ ਪ੍ਰਸ਼ਾਸਨ ਦੀ ਟੀਮ ਦੇ ਵੱਲੋਂ ਵੀ ਲਗਾਤਾਰ ਇਸ ਜਾਨਵਰ ਦੀ ਭਾਲ ਕੀਤੀ ਜਾ ਰਹੀ ਹੈ। ਮੇਰਾ ਨਾਮ ਵਿਜੇ ਮਹਿਰਾ ਜੀ, ਮੈਂ ਹਿਲ ਵਿਊ ਇਨਕਲੇਵ ਦੇ ਵਿੱਚ ਰਹਿੰਦਾ। ਤਾਂ ਰਾਤੀ 11 ਵਜੇ ਮੈਂ ਇੱਧਰੋਂ ਆ ਰਿਹਾ ਸੀ ਆਪਣੇ ਔਫਿਸ ਤੋਂ, ਲੇਟ ਹੋ ਗਿਆ ਥੋੜ੍ਹਾ ਜਿਹਾ ਮੈਂ, 11 ਵਜੇ ਦੀ ਗੱਲ ਇਹ। ਤਾਂ ਇੱਕ ਕੁੱਤਾ, ਚਿੱਟਾ ਜਿਹਾ ਕੁੱਤਾ ਹੈ, ਉਹਦੀਆਂ ਚੀਕਾਂ ਕਢਾਈਆਂ ਉਹਨੇ, ਮਤਲਬ ਕਿ ਤੇਂਦੂਆ ਢਾਇਆ ਪਿਆ ਤਾ ਉਹਨੂੰ। ਜਦੋਂ ਮੇਰੀ ਲਾਈਟਾਂ ਪਈਆਂ ਗੱਡੀ ਦੀਆਂ, ਮੇਰੇ ਖਿਆਲ 30 ਸੈਕਿੰਡ ਦੇ ਬਾਅਦ ਉਹਨੇ ਛੱਡਤਾ ਉਹਨੇ ਉਹਨੂੰ, ਔਰ ਇੱਧਰ ਨੂੰ ਗਿਆ। ਫਿਰ ਮੈਂ ਵੀਡੀਓ ਬਣਾ, ਜਦੀ ਕੈਮਰਾ ਔਨ ਕਰਕੇ, ਉਹਦਾ ਫੋਨ ਦਾ ਕੈਮਰਾ ਔਨ ਕਰਕੇ ਜਦੀ ਮੈਂ ਵੀਡੀਓ ਬਣਾ ਲਈ ਉਹਦੀ, ਫਿਰ ਉਹ ਤੋਂ ਬਾਅਦ ਫਿਰ ਇੱਧਰ ਨੂੰ ਗਿਆ ਉਹ, ਪਹਿਲਾਂ ਇੱਧਰ ਨੂੰ ਗਿਆ, ਫਿਰ ਪਿੱਛੇ ਇੱਧਰ ਨੂੰ ਮੁੜ ਕੇ ਚਲ ਗਿਆ, ਇਸ ਗਲੀ ਦੇ ਵਿੱਚ ਚਲਾ ਗਿਆ। ਮੈਂ ਕਹਿੰਦਾ ਬੱਚਾ ਸੀ ਉਹ ਤੇਂਦੂਏ ਦਾ ਨਾ। ਹਾਂਜੀ ਹਾਂਜੀ, ਇਹ ਵੀਡੀਓ ਬਾਲ ਜਿਹੜੀ ਹੋਈ ਹੈ ਸਰ, ਸਾਨੂੰ ਤਾਂ ਸਾਡੇ DFO ਸਾਹਿਬ ਦਾ ਫੋਨ ਆਇਆ ਸੀਗਾ ਜੀ, ਉਹਨਾਂ ਨੂੰ ਕੋਈ ਮੈਸੇਜ ਗਿਆ ਹੋਣਾ ਜੀ। ਅਤੇ ਇਹ ਵਿਜੇ ਮਹਿਰਾ ਜੀ ਹੈ ਜੀ, ਉਹਨਾਂ ਵੱਲੋਂ ਰਾਤ ਕਿਤੇ ਆਉਂਦੇ ਸੀਗੇ ਜੀ, ਅਤੇ ਉਹਨਾਂ ਵੱਲੋਂ ਵੀਡੀਓ ਜਿਹੜੀ ਬਣਾਈ ਗਈ ਆ, ਅਤੇ ਉਹ ਕੁੱਤੇ ਨੂੰ ਵੀ ਉਹਨਾਂ ਨੇ ਬਚਾਇਆ ਜੀ ਤੇਂਦੂਏ ਕੋਲੋਂ ਜੀ। ਅਤੇ ਬਾਕੀ ਸਰ, ਇਹ 400 ਮੀਟਰ ਤੋਂ ਪਹਿਲੇ ਅਸੀਂ ਇਸ ਏਰੀਏ 'ਚ ਪਿੰਜਰਾ ਲਗਾਇਆ ਹੋਇਆ, ਅਤੇ ਰਾਤ ਨੂੰ ਓਪਰੇਟ ਵੀ ਗਾ, ਅਤੇ ਰਾਤ ਨੂੰ ਅਸੀਂ ਗਸ਼ਤ ਵੀ ਕਰਦੇ ਹੈ ਅਕਸਰ। ਸਰ ਇਹ ਹੈ ਵੀ ਅਵਾਰਾ ਕੁੱਤੇ ਬਹੁਤ ਹੈ ਜੀ, ਉਹਨਾਂ ਦੀ ਭਾਲ ਦੇ ਵਿੱਚ, ਆਪਣੇ ਸ਼ਿਕਾਰ ਦੀ ਭਾਲ ਵਿੱਚ ਇਹ ਆ ਜਾਂਦਾ ਕਿ ਕੁੱਤੇ ਬਹੁਤ ਹੈ ਜੀ, ਇਹਨੇ ਵੀ ਸ਼ਿਕਾਰ ਕਰਨਾ ਹੁੰਦਾ ਜੀ ਆਪਣੇ ਫੂਡ ਵਾਸਤੇ ਜੀ। ਆਮ ਜਨਤਾ ਨੂੰ ਹੀ ਤਾਂ ਕੋਈ ਖਤਰਾ ਨਹੀਂ, ਜਨਤਾ ਦੇ ਕਦੇ ਹਿਊਮਨ 'ਤੇ ਕਦੇ ਅਟੈਕ ਨਹੀਂ ਜੀ ਇਹਨਾਂ ਨੇ ਕੀਤਾ ਜੀ। ਬਾਕੀ ਫਿਰ ਵੀ ਲੋਕਾਂ ਨੂੰ ਇਹ ਹੈ ਵੀ ਇਹ ਤੋਂ ਥੋੜ੍ਹਾ ਸਤਰਕ ਰਹਿਣਾ ਜੀ, ਕਦੇ ਵੀ ਇਹਦੇ ਨਾਲ ਸਾਨੂੰ ਕੋਲ ਕਰ ਸਕਦੇ ਆ ਜੀ। ਤੁਹਾਡੇ ਵੱਲੋਂ ਹੁਣ ਸਾਡੇ ਵੱਲੋਂ ਰਾਤ ਨੂੰ ਸਾਡੇ ਬਲਾਕ ਅਫਸਰ, ਰੇਂਜ ਅਫਸਰ ਸਾਡੇ ਨਾਲ ਹੀ ਹੁੰਦੇ, ਰਾਤ ਨੂੰ ਗਸ਼ਤ ਵੀ ਕਰਦੇ ਆ ਜੀ, ਅਤੇ ਅਸੀਂ ਹੋਰ ਵੀ ਜਿਹੜੀ ਮੁਸਤੈਦੀ ਹੈ ਉਹ ਵਧਾਵਾਂਗੇ ਜੀ। ਤਾਂ ਦੱਸ ਦਈਏ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਤੇਂਦੂਆ ਵੇਖਿਆ ਗਿਆ ਤਾਂ ਸੜਕ 'ਤੇ ਇਸਦੇ ਵੱਲੋਂ ਕੁੱਤੇ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ ਤਾਂ ਮੌਕੇ 'ਤੇ ਇੱਕ ਗੱਡੀ ਚਾਲਕ ਆਉਂਦਾ ਜੋ ਕਿ ਇਸ ਕੁੱਤੇ ਦੀ ਜਾਨ ਬਚਾਉਂਦਾ ਤਾਂ ਕੈਮਰੇ ਦੇ ਵਿੱਚ ਇਹ ਤੇਂਦੂਆ ਭੱਜਦਾ ਹੋਇਆ ਕੈਦ ਹੋ ਜਾਂਦਾ ਤਾਂ ਦੱਸਦੀਏ ਕਿ ਰਾਤ ਕਰੀਬ 12:30 ਦੀ ਇਹ ਘਟਨਾ ਜਦੋਂ ਇੱਕ ਤੇਂਦੂਆ ਰਾਤ ਸੜਕਾਂ 'ਤੇ ਆਉਂਦਾ ਅਤੇ ਇੱਕ ਕੁੱਤੇ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੌਕੇ 'ਤੇ ਇੱਕ ਗੱਡੀ ਚਾਲਕ ਦੇ ਵੱਲੋਂ ਇਸ ਤੇਂਦੂਏ ਨੂੰ ਮੌਕੇ ਤੋਂ ਭਜਾ ਦਿੱਤਾ ਜਾਂਦਾ ਜਿਸ ਕਰਕੇ ਇਸ ਕੁੱਤੇ ਦੀ ਜਾਨ ਬਚ ਜਾਂਦੀ ਹੈ ਤਾਂ ਹੁਣ ਪੂਰੇ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਵੀ ਪਿੰਜਰੇ ਲਗਾਏ ਗਏ ਸੀ ਪਰ ਹੁਣ ਕਈ ਹੋਰ ਪਿੰਜਰੇ ਵੀ ਮੰਗਾ ਲਏ ਗਏ ਨੇ ਅਤੇ ਜਗ੍ਹਾ ਜਗ੍ਹਾ 'ਤੇ ਇਸ ਜਾਨਵਰ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਤਸਵੀਰਾਂ ਨੰਗਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੂਰੇ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਰਿਹਾਇਸ਼ੀ ਇਲਾਕਾ ਹੈ ਜਿੱਥੇ ਲੋਕ ਰਹਿੰਦੇ ਨੇ ਤਾਂ ਇਸ ਦੇ ਵਿੱਚ ਇੱਕ ਆਦਮਖੋਰ ਤੇਂਦੂਆ ਵੜ ਗਿਆ ਜਿਸਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਲੋਕ ਕਾਫੀ ਦਹਿਸ਼ਤ ਦੇ ਵਿੱਚ ਨੇ ਤਾਂ ਪ੍ਰਸ਼ਾਸਨ ਦੀ ਟੀਮ ਦੇ ਵੱਲੋਂ ਵੀ ਲਗਾਤਾਰ ਇਸ ਜਾਨਵਰ ਦੀ ਭਾਲ ਕੀਤੀ ਜਾ ਰਹੀ ਹੈ।
ਮੇਰਾ ਨਾਮ ਵਿਜੇ ਮਹਿਰਾ ਜੀ, ਮੈਂ ਹਿਲ ਵਿਊ ਇਨਕਲੇਵ ਦੇ ਵਿੱਚ ਰਹਿੰਦਾ। ਤਾਂ ਰਾਤੀ 11 ਵਜੇ ਮੈਂ ਇੱਧਰੋਂ ਆ ਰਿਹਾ ਸੀ ਆਪਣੇ ਔਫਿਸ ਤੋਂ, ਲੇਟ ਹੋ ਗਿਆ ਥੋੜ੍ਹਾ ਜਿਹਾ ਮੈਂ, 11 ਵਜੇ ਦੀ ਗੱਲ ਇਹ। ਤਾਂ ਇੱਕ ਕੁੱਤਾ, ਚਿੱਟਾ ਜਿਹਾ ਕੁੱਤਾ ਹੈ, ਉਹਦੀਆਂ ਚੀਕਾਂ ਕਢਾਈਆਂ ਉਹਨੇ, ਮਤਲਬ ਕਿ ਤੇਜ਼ ਨੇ ਢਾਇਆ ਪਿਆ ਤਾ ਉਹਨੂੰ। ਜਦੋਂ ਮੇਰੀ ਲਾਈਟਾਂ ਪਈਆਂ ਗੱਡੀ ਦੀਆਂ, ਮੇਰੇ ਖਿਆਲ 30 ਸੈਕਿੰਡ ਦੇ ਬਾਅਦ ਮੈਂ ਛੱਡਤਾ ਉਹਨੇ ਉਹਨੂੰ, ਔਰ ਇੱਧਰ ਨੂੰ ਗਿਆ। ਫਿਰ ਮੈਂ ਵੀਡੀਓ ਬਣਾ, ਜਦੀ ਕੈਮਰਾ ਔਨ ਕਰਕੇ, ਉਹਦਾ ਫੋਨ ਦਾ ਕੈਮਰਾ ਔਨ ਕਰਕੇ ਜਦੀ ਮੈਂ ਵੀਡੀਓ ਬਣਾ ਲਈ ਉਹਦੀ, ਫਿਰ ਉਹ ਤੋਂ ਬਾਅਦ ਫਿਰ ਇੱਧਰ ਨੂੰ ਗਿਆ ਉਹ, ਪਹਿਲਾਂ ਇੱਧਰ ਨੂੰ ਗਿਆ, ਫਿਰ ਪਿੱਛੇ ਇੱਧਰ ਨੂੰ ਮੁੜ ਕੇ ਚਲ ਗਿਆ, ਇਸ ਗਲੀ ਦੇ ਵਿੱਚ ਚਲਾ ਗਿਆ। ਮੈਂ ਕਹਿੰਦਾ ਬੱਚਾ ਸੀ ਉਹ, ਤੇਜੂ ਹੈਗਾ ਨਾ। ਹਾਂਜੀ ਹਾਂਜੀ, ਇਹ ਵੀਡੀਓ ਬਾਲ ਜਿਹੜੀ ਹੋਈ ਹੈ ਸਰ, ਸਾਨੂੰ ਤਾਂ ਸਾਡੇ ਡੀ ਐਫ ਓ ਸਾਹਿਬ ਦਾ ਫੋਨ ਆਇਆ ਸੀਗਾ ਜੀ, ਉਹਨਾਂ ਨੂੰ ਇੱਥੋਂ ਮੈਸੇਜ ਗਿਆ ਹੋਣਾ ਜੀ, ਅਤੇ ਇਹ ਵਿਜੇ ਮਹਿਰਾ ਜੀ ਹੈ ਜੀ, ਉਹਨਾਂ ਵੱਲੋਂ ਰਾਤ ਕਿਤੇ ਆਉਂਦੇ ਸੀਗੇ ਜੀ, ਅਤੇ ਉਹਨਾਂ ਵੱਲੋਂ ਵੀਡੀਓ ਜਿਹੜੀ ਬਣਾਈ ਗਈ ਆ, ਅਤੇ ਉਹ ਕੁੱਤੇ ਨੂੰ ਵੀ ਉਹਨਾਂ ਨੇ ਬਚਾਇਆ ਜੀ ਤੇਂਦੂਏ ਕੋਲੋਂ ਜੀ। ਅਤੇ ਬਾਕੀ ਸਰ ਇਹ 400 ਮੀਟਰ ਤੋਂ ਪਹਿਲੇ ਅਸੀਂ ਇਸ ਏਰੀਏ 'ਚ ਪਿੰਜਰਾ ਲਗਾਇਆ ਹੋਇਆ, ਅਤੇ ਰਾਤ ਨੂੰ ਓਪਰੇਟ ਵੀ ਕਰਦੇ, ਅਤੇ ਰਾਤ ਨੂੰ ਅਸੀਂ ਗਸ਼ਤ ਵੀ ਕਰਦੇ ਹੈ ਅਕਸਰ। ਸਰ ਇਹ ਹੈ ਵੀ ਅਵਾਰਾ ਕੁੱਤੇ ਬਹੁਤ ਹੈ ਜੀ, ਉਹਨਾਂ ਦੀ ਭਾਲ ਦੇ ਵਿੱਚ, ਆਪਣੇ ਸ਼ਿਕਾਰ ਦੀ ਭਾਲ ਵਿੱਚ ਇਹ ਆ ਜਾਂਦਾ ਕਿ ਕੁੱਤੇ ਬਹੁਤ ਹੈ ਜੀ, ਇਹਨੇ ਵੀ ਸ਼ਿਕਾਰ ਕਰਨਾ ਹੁੰਦਾ ਜੀ ਆਪਣੇ ਫੂਡ ਵਾਸਤੇ। ਆਮ ਜਨਤਾ ਨੂੰ ਹੀ ਤਾਂ ਕੋਈ ਖਤਰਾ ਨਹੀਂ, ਜਨਤਾ ਦੇ ਕਦੇ ਹਿਊਮਨ 'ਤੇ ਕਦੇ ਅਟੈਕ ਨਹੀਂ ਜੀ ਇਹਨਾਂ ਨੇ ਕੀਤਾ ਜੀ। ਬਾਕੀ ਫਿਰ ਵੀ ਲੋਕਾਂ ਨੂੰ ਇਹ ਹੈ ਵੀ ਇਹ ਤੋਂ ਥੋੜ੍ਹਾ ਸਤਰਕ ਰਹਿਣਾ ਜੀ, ਕਦੇ ਵੀ ਇਹਦੇ ਨਾਲ ਸਾਨੂੰ ਕੋਲ ਕਰ ਸਕਦੇ ਆ ਜੀ। ਤੁਹਾਡੇ ਵੱਲੋਂ ਹੁਣ ਸਾਡੇ ਵੱਲੋਂ ਰਾਤ ਨੂੰ ਸਾਡੇ ਬਲਾਕ ਅਫਸਰ, ਰੇਂਜ ਅਫਸਰ ਸਾਡੇ ਨਾਲ ਹੀ ਹੁੰਦੇ ਜੀ, ਰਾਤ ਨੂੰ ਗਸ਼ਤ ਵੀ ਕਰਦੇ ਆ ਜੀ, ਅਤੇ ਅਸੀਂ ਹੋਰ ਵੀ ਜਿਹੜੀ ਮੁਸਤੈਦੀ ਹੈ ਉਹ ਵਧਾਵਾਂਗੇ ਜੀ।